16ਵੀਂ ਕਹਾਣੀ ਛਡਾਣੇ ਵਾਲਾ। ਯਹੋਸ਼ੂਆ ਦੇ ਮਰਨੇ ਦੇ ਬਾਅਦ ਇਜ਼ਰਾਈਲੀ ਲੋਕਾਂ ਪਰਮਾਤਮੇ ਦੇ ਹੁਕਮਾਂ ਕਨੇ ਨਿਯਮਾਂ ਕਨੇ ਕਾਨੂੰਨਾਂ ਦਾ ਪਾਲਣ ਨਹੀਂ ਕੀਤਾ, ਕਨੇ ਤਿਨਾਂ ਬਚੇ ਕਨਾਨੀ ਲੋਕਾਂ ਜੋ ਬਾਹਰ ਨਹੀਂ ਕੱਢਿਆ। ਇਜ਼ਰਾਈਲੀ ਲੋਕਾਂ ਆਪਣੇ ਸੱਚੇ ਪਰਮਾਤਮੇ ਯਹੋਵਾ ਜੋ ਛੱਡੀ ਕਰੀ ਕਨਾਨੀ ਲੋਕਾਂ ਦੇ ਦੇਵਤਿਆਂ ਦੀ ਭਗਤੀ ਕਰਨਾ ਸ਼ੁਰੂ ਕਰੀ ਦਿੱਤੀ। ਇਜ਼ਰਾਈਲੀ ਲੋਕਾਂ ਅਲੀ ਕੋਈ ਰਾਜਾ ਨਹੀਂ ਥਾ, ਇਸ ਤਾਈ ਹਰ ਕੋਈ ਸਹੀ ਕਰਦਾ ਥਾ ਜਿਹੜਾ ਤਿਨਾਂ ਜੋ ਖਰਾ ਲੱਗਦਾ ਥਾ। ਕਜੋ ਕਿ ਇਜ਼ਰਾਈਲੀ ਲੋਕ ਲਗਾਤਾਰ ਪਰਮਾਤਮੇ ਦਾ ਅਪਮਾਨ ਕਰਾ ਦੇ ਥੇ, ਇਸ ਤਾਈ ਪਰਮਾਤਮੇ ਦਾ ਕੋਪ ਤਿਨਾਂ ਉੱਪਰ ਵੜਕੀ ਪਿਆ, ਕਨੇ ਤਿਨਾਂ ਜੋ ਦੁਸ਼ਮਣਾਂ ਦੇ ਅਧੀਨ ਕਰੀ ਦਿੱਤਾ। ਕਨੇ ਸਹਿ ਫਿਰੀ ਆਪਣੇ ਦੁਸ਼ਮਣਾਂ ਸਾਹਮਣੇ ਟਿਕੀ ਨਹੀਂ ਸਕੇ। ਇਹਨਾਂ ਦੁਸ਼ਮਣਾਂ ਇਜ਼ਰਾਈਲੀ ਲੋਕਾਂ ਦੀਆਂ ਚੀਜ਼ਾਂ ਜੋ ਲੁੱਟੀ ਲਿਆ, ਕਨੇ ਤਿਨਾਂ ਦੀ ਧਨ ਦੌਲਤ ਨਾਸ ਕਰੀ ਦਿੱਤੀ, ਕਨੇ ਮਤੇ ਸਾਰੇ ਇਜ਼ਰਾਈਲੀ ਲੋਕ ਮਾਰੇ ਗਏ। ਮਤੇ ਸਾਲਾਂ ਬਾਅਦ ਇਜ਼ਰਾਈਲੀ ਲੋਕਾਂ ਆਪਣੇ ਪਾਪਾਂ ਦਾ ਪਸ਼ਚਾਤਾਪ ਕੀਤਾ, ਕਨੇ ਪਰਮਾਤਮੇ ਨੇ ਪ੍ਰਾਰਥਨਾ ਕੀਤੀ ਕਿ ਸਹਿ ਅਹਾਂ ਜੋ ਬਚਾਏ। ਹਰ ਵਾਰੀ ਪਰਮਾਤਮਾ ਇਜ਼ਰਾਈਲੀ ਲੋਕਾਂ ਦੀ ਸੁਣਦਾ ਥਾ, ਕਨੇ ਤਿਨਾਂ ਜੋ ਬਚਾਣੇ ਤਾਈ ਮਤੇ ਛਡਾਣੇ ਵਾਲਿਆਂ ਜੋ ਗਲਦਾ ਥਾ। ਅਪਰ ਲੋਕ ਪਰਮਾਤਮੇ ਜੋ ਭੁੱਲਣਾ ਲੱਗੇ, ਕਨੇ ਪ੍ਰਾਏ ਦੇਵਤਿਆਂ ਦੇ ਪਛਾਣ ਚੱਲੀ ਕਰੀ ਤਿਨਾਂ ਦੀ ਭਗਤੀ ਕਰਨਾ ਲੱਗੇ, ਤਾਂ ਪਰਮਾਤਮੇ ਅਲੀ ਇੱਕ ਦੁਸ਼ਮਣਾਂ ਦਾ ਦਲ ਮੈਦਾਨੀ ਲੋਕਾਂ ਜੋ ਇਜਾਜ਼ਤ ਦਿੱਤੀ ਕਿ ਸਹਿ ਤਿਨਾਂ ਜੋ ਹਰਾਈ ਦੇਣ। ਮਦਿਆਨੀ ਲੋਕਾਂ 7 ਸਾਲ ਤਿਕਰ ਇਜ਼ਰਾਈਲੀ ਲੋਕਾਂ ਦੀਆਂ ਫਸਲਾਂ ਜੋ ਲੁੱਟਿਆ। ਇਜ਼ਰਾਈਲੀ ਲੋਕ ਬੜੇ ਡਰੀ ਗਏ, ਕਨੇ ਸਹਿ ਸੁਰੰਗਾਂ 'ਚ ਲੁਕੀ ਬੈਠੇ ਤਾਂ ਜੇ ਮਦਿਆਨੀ ਲੋਕ ਤਿਨਾਂ ਜੋ ਤੋਪੀ ਨਹੀਂ ਸਕਣ। ਆਖਰੀ 'ਚ ਤਿਨਾਂ ਪਰਮਾਤਮੇ ਜੋ ਪੁਕਾਰਿਆ ਕਿ ਸਹਿ ਅਹਾਂ ਜੋ ਬਚਾਏ। ਇੱਕ ਦਿਨ ਗਿਦੋਨ ਨਾਏ ਦਾ ਇੱਕ ਇਜ਼ਰਾਈਲੀ ਮਾਣੂ ਥਾ, ਸਹਿ ਲੁਕੀ ਕਰੀ ਕਣਕਾਂ ਜੱਫਾ ਦਾ ਥਾ ਤਾਂ ਜੇ ਮਦਿਆਨੀ ਲੋਕ ਤਿਸਾ ਜੋ ਚੋਰੀ ਨਹੀਂ ਸਕਣ। ਯਹੋਵਾ ਪਰਮਾਤਮੇ ਦਾ ਸਵਰਗ ਦੂਤ ਗਿਦੋਨੇ ਅਲੀ ਆਇਆ, ਕਨੇ ਗਲਾਣਾ ਲੱਗਾ, ਉਹ ਤਾਕਤਵਰ ਸੁਰਮਾ ਪਰਮਾਤਮਾ ਤੀਜੋ ਸੋਗੀ ਹੈ, ਜਾ ਕਨੇ ਇਜ਼ਰਾਈਲੀ ਲੋਕਾਂ ਜੋ ਮਿਦਿਆਨੀ ਲੋਕਾਂ ਤੇ ਬਚਾ। ਪਰਮਾਤਮਾ ਗਿਦੋਨੇ ਨੇ ਤਿਸਾ ਬੇਦੀ ਹੈ ਜੋ ਥੱਲੇ ਸੱਟਣੇ ਜੋ ਗਲਾਇਆ। ਗਿਦੋਨ ਲੋਕਾਂ ਤੇ ਡਰਾਦਾ ਥਾ, ਇਸ ਤਾਈ ਤਿੰਨੀ ਰਾਤੀ ਦਾ ਇੰਤਜ਼ਾਰ ਕੀਤਾ। ਜਾਲੂ ਰਾਤ ਹੋਈ ਗਈ ਤਾਲੂ ਸਹਿ ਗਿਆ, ਕਨੇ ਤਿੰਨੀ ਤਿਸਾ ਬੇਦੀ ਹੈ ਜੋ ਤੋੜੀ ਦਿੱਤਾ। ਤਿੰਨੀ ਪਰਮਾਤਮੇ ਤਾਈ ਇੱਕ ਨੋਈ ਬੇਦੀ ਬਣਾਈ, ਕਨੇ ਤਿਸਾ ਪਰ ਪਰਮਾਤਮੇ ਤਾਈ ਬਲੀ ਚੜਾਈ। ਵਿਆਗਾ ਉੱਠੀ ਕਰੀ ਲੋਕਾਂ ਦੇਖਿਆ ਕਿ ਕੁੜਕੀ ਬੇਦੀ ਹੈ ਜੋ ਤੋੜੀ ਦਿੱਤਿਆ ਹੈ, ਇਸ ਤਾਈ ਸਹਿ ਬੜੇ ਗੁੱਸੇ ਹੋਏ। ਤਾਲੂ ਸਹਿ ਲੋਕ ਗਿਦੋਨੇ ਜੋ ਮਾਰਨੇ ਤਾਈ ਤਿਸਦੇ ਘਰੇ ਗਏ। ਅਪਰ ਗਿਦੋਨੇ ਦੇ ਬਾਪੂ ਮੈਂ ਗਲਾਇਆ, ਤੁਹਾਂ ਕਜੋ ਆਪਣੇ ਦੇਵਤੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੇ ਸਹਿ ਦੇਵਤਾ ਹੈ ਤਾਂ ਤੁਸੀਂ ਉਹ ਆਪਣੀ ਰਕਸ਼ਾ ਖੁਦ ਕਰਨਾ ਦਿਆ। ਇਸਾ ਗੱਲਾਂ ਜੋ ਸੁਣੀ ਕਰੀ ਤਿਨਾਂ ਗਿਦੋਨੇ ਜੋ ਨੀ ਮਾਰਿਆ। ਤਾਲੂ ਮਿਦਿਆਨੀ ਲੋਕ ਇਜ਼ਰਾਈਲੀ ਲੋਕਾਂ ਜੋ ਲੁੱਟਣਾ ਫਿਰੀ ਆਈ ਗਏ, ਸਹਿ ਇਤਨੇ ਸਾਰੇ ਥੇ ਕਿ ਤਿਨਾਂ ਦੀ ਗਿਣਤੀ ਵੀ ਨੀ ਕੀਤੀ ਜਾ ਸਕਦੀ ਸੀ। ਗਿਦੋਨੇ ਤਿਨਾਂ ਦੇ ਖਿਲਾਫ ਲੜਨੇ ਤਾਈ ਇਜ਼ਰਾਈਲੀ ਲੋਕਾਂ ਜੋ ਕਿੱਠਾ ਹੋਣੇ ਤਾਈ ਗਲਾਇਆ, ਕਨੇ ਸੱਦਿਆ। ਗਿਦੋਨੇ ਪਰਮਾਤਮੇ ਤੇ ਦੋ ਚਿੰਨ੍ਹਾਂ ਦੇ ਬਾਰੇ 'ਚ ਪੁੱਛਿਆ ਤਾਂ ਜੇ ਤੁਸੀਂ ਉਹ ਵਿਸ਼ਵਾਸ ਹੋਈ ਜਾ ਕਿ ਪਰਮਾਤਮਾ ਸੱਚੀ 'ਚ ਇਜ਼ਰਾਈਲੀ ਲੋਕਾਂ ਜੋ ਬਚਾਉਣੇ ਤਾਈ ਗਲਾਦਾ ਹੈ। ਪਹਿਲੇ ਚਿੰਨ੍ਹੇ ਤਾਈ ਗਿਦੋਨੇ ਬੇਡਾ ਦੀਆਂ ਉਨ੍ਹਾਂ ਜੋ ਜ਼ਮੀਨਾਂ ਪਰ ਰੱਖੀ ਕਰੀ ਗਲਾਇਆ ਕਿ ਵਿਆਗਾ ਦਾ ਪਾਲਾ ਸਿਰਫ ਬੇਡਾ ਦੀਆਂ ਤਿਸਾ ਉਨ੍ਹਾਂ ਪਰ ਪੋਵੇ, ਕਨੇ ਜ਼ਮੀਨਾਂ ਪਰ ਨੀ ਪੋਵੇ। ਪਰਮਾਤਮਾ ਤੀਏ ਹੀ ਕੀਤਾ। ਅਗਲੀਆ ਰਾਤੀ ਤਿੰਨੀ ਪਰਮਾਤਮੇ ਨੇ ਗਲਾਇਆ ਕਿ ਸਾਰੀ ਜ਼ਮੀਨ ਸਿੱਜੀ ਜਾ, ਅਪਰ ਬੇਡਾ ਦੀ ਉਨ ਸੁੱਕੀ ਰਹਿ। ਪਰਮਾਤਮਾ ਤੀਏ ਹੀ ਕੀਤਾ। ਇਹਨਾਂ ਦੋ ਚਿੰਨ੍ਹਾਂ ਦੀ ਵਜ੍ਹਾ ਤੇ ਗਿਦੋਨੇ ਜੋ ਵਿਸ਼ਵਾਸ ਹੋਇਆ ਕਿ
ਸੱਚੀ ਚ ਪਰਮਾਤਮਾ ਚਾਹੁੰਦਾ ਹੈ ਕਿ ਸਹਿ ਇਜ਼ਰਾਈਲੀ ਲੋਕਾਂ ਨੂੰ ਮਿਦਿਆਨੀ ਲੋਕਾਂ ਤੇ ਬਚਾ। ਤਾਲੂ 32,000 ਲੋਕ ਗਿਦੋਨੇ ਅਲੀ ਆਏ, ਅਪਰ ਪਰਮਾਤਮਾ ਗਲਾਇਆ ਕਿ ਇਹ ਬੜੇ ਜ਼ਿਆਦਾ ਹਨ। ਤਾਲੂ ਗਿਦੋਨੇ 22,000 ਲੋਕਾਂ ਨੂੰ ਘਰੇ ਵਾਪਸ ਗਲੀ ਦਿੱਤਾ, ਜਿਹੜੇ ਲੜਨੇ ਤੇ ਡਰਦੇ ਥੇ। ਪਰਮਾਤਮਾ ਗਿਦੋਨੇ ਨੇ ਗਲਾਇਆ, ਅਲੀ ਵੀ ਲੋਕ ਜ਼ਿਆਦਾ ਹਨ, ਇਸ ਤਾਈ ਗਿਦੋਨੇ 300 ਲੋਕਾਂ ਨੂੰ ਛੱਡੀ ਕਰੀ ਸਭਨਾਂ ਜੋ ਘਰੇ ਵਾਪਸ ਗਲੀ ਦਿੱਤਾ। ਤਿਸਾ ਰਾਤੀ ਪਰਮਾਤਮਾ ਗਿਦੋਨੇ ਨੇ ਗਲਾਇਆ ਕਿ ਤੂੰ ਥੱਲੇ ਮਿਦਿਆਨੀ ਲੋਕਾਂ ਦੇ ਡੇਰੇ 'ਚ ਜਾ, ਕਨੇ ਸੁਣ ਕਿ ਸਹਿ ਕਿਆ ਗਲਾ ਦੇ ਹਨ। ਜਲ ਤੂੰ ਸੁਣਗਾ ਕਿ ਸਹਿ ਕਿਆ ਗੱਲਾਂ ਕਰਾ ਦੇ ਹਨ, ਤਾਂ ਤੂੰ ਤਿਨ੍ਹਾਂ ਪਰ ਹਮਲਾ ਕਰਨੇ ਤੇ ਨਾ ਡਰੈ। ਇਸ ਤਾਈ ਤਿਸਾ ਰਾਤੀ ਗਿਦੋਨ ਥੱਲੇ ਤਿਨ੍ਹਾਂ ਦੇ ਡੇਰੇ 'ਚ ਗਿਆ। ਤਾਲੂ ਇੱਕ ਮਿਦਿਆਨੀ ਸੈਨਿਕ ਆਪਣੇ ਸਾਥੀਏ ਨੇ ਆਪਣੇ ਸੁਪਨੇ ਦੇ ਬਾਰੇ 'ਚ ਦੱਸਦਾ ਥਾ। ਸਹਿ ਆਪਣੇ ਸਾਥੀਏ ਨੇ ਗਲਾਦਾ ਥਾ ਕਿ ਇਸ ਸੁਪਨੇ ਦਾ ਮਤਲਬ ਇਹ ਹੋਇਆ ਕਿ ਗਿਦੋਨੇ ਦੀ ਸੈਨਾ ਮਿਦਿਆਨੀਆਂ ਦੀ ਸੈਨਾ ਜੋ ਹਰਾਈ ਦਿੰਗੀ। ਜਾਲੂ ਗਿਦੋਨੇ ਇਹ ਸੁਣਿਆ ਤਾਂ ਤਿੰਨੀ ਪਰਮਾਤਮੇ ਦੀ ਸਤੁਤੀ ਕੀਤੀ। ਤਾਲੂ ਗਿਦੋਨ ਆਪਣੇ ਡੇਰੇ ਜੋ ਵਾਪਸ ਚਲੀ ਗਿਆ, ਕਨੇ ਤਿੰਨੀ ਹਰ ਇੱਕ ਜੋ ਨਰਸਿੰਘਾ ਘੜਾ ਕਨੇ ਮਿਸਾਲ ਦਿੱਤੀ, ਤਿੰਨਾਂ ਮਿਦਿਆਨੀ ਲੋਕਾਂ ਦੇ ਡੇਰੇ ਜੋ ਘੇਰੀ ਲਿਆ ਜਿੱਥੋਂ ਸਹਿ ਸੁੱਤਿਓ ਥੇ। ਗਿਦੋਨੇ ਦੇ 300 ਸੈਨਿਕਾਂ ਆਪਣੀਆਂ ਮਿਸਾਲਾਂ ਜੋ ਘੜਿਆਂ ਅੰਦਰ ਰੱਖਿਆ ਥਾ, ਜਿਸ ਦੀ ਵਜ੍ਹਾ ਤੇ ਮਿਦਿਆਨੀ ਲੋਕ ਮਿਸਾਲਾਂ ਦੀ ਲੋਈ ਦਿਖੀ ਨਹੀਂ ਸਕੇ। ਤਾਲੂ ਗਿਦੋਨੇ ਦੇ ਸਾਰੇ ਸੈਨਿਕਾਂ ਆਪਣੀਆਂ ਘੜਿਆਂ ਜੋ ਤੋੜੀ ਦਿੱਤਾ, ਕਨੇ ਚਾਣਚੱਕ ਮਿਸਾਲਾਂ ਤੇ ਅੱਗ ਨਿਕਲਣਾ ਲੱਗੀ। ਤਿੰਨਾਂ ਆਪਣੇ ਨਰਸਿੰਘੇ ਬਜਾਏ, ਕਨੇ ਜੋਰੇ ਨੇ ਚਲਾਉਣਾ ਲੱਗੇ। ਯੋਹਾ ਪਰਮਾਤਮੇ ਦੀ ਤਲਵਾਰ, ਕਨੇ ਗਿਦੋਨੇ ਦੀ ਤਲਵਾਰ, ਪਰਮਾਤਮਾ ਮਿਦਿਆਨੀ ਲੋਕਾਂ ਜੋ ਹੱਕਾ ਬੱਕਾ ਕਰੀ ਦਿੱਤਾ। ਤਿੰਨਾਂ ਇੱਕੀ ਦੂਵੇ ਪਰ ਹਮਲਾ ਕਰਨਾ, ਕਨੇ ਮਾਰਨਾ ਸ਼ੁਰੂ ਕਰੀ ਦਿੱਤਾ। ਇਸੀ ਵਕਤ ਬਾਕੀ ਇਜ਼ਰਾਈਲੀ ਲੋਕਾਂ ਜੋ ਵੀ ਤਿੰਨਾਂ ਦੇ ਡੇਰਿਆਂ ਤੇ ਸੱਦੀ ਲਿਆ, ਤਾਂ ਜੋ ਮਿਦਿਆਨੀ ਲੋਕਾਂ ਦਾ ਪਿੱਛਾ ਕਰੀ ਸਕਣ। ਤਿੰਨਾਂ ਮਤੇ ਸਾਰਿਆਂ ਜੋ ਮਾਰੀ ਦਿੱਤਾ, ਕਨੇ ਬਾਕੀ ਬਚੇ ਮਿਦਿਆਨੀ ਲੋਕਾਂ ਜੋ ਇਜ਼ਰਾਈਲ ਦੇਸੇ ਤੇ ਨਠਾਈ ਦਿੱਤਾ। ਇਸ ਦਿਨ 12,000 ਮਿਦਿਆਨੀ ਲੋਕਾਂ ਜੋ ਮਾਰੀ ਦਿੱਤਾ, ਪਰਮਾਤਮਾ ਇਜ਼ਰਾਈਲੀ ਲੋਕਾਂ ਜੋ ਬਚਾਈ ਲਿਆ। ਤਾਲੂ ਇਜ਼ਰਾਈਲੀ ਲੋਕਾਂ ਗਿਦੋਨੇ ਜੋ ਗਲਾਇਆ ਕਿ ਤੂੰ ਆਹਾਂ ਦਾ ਰਾਜਾ ਬਣੀ ਜਾ, ਅਪਰ ਗਿਦੋਨੇ ਗਲਾਇਆ ਮੈਂ ਤੁਹਾਂ ਦਾ ਰਾਜਾ ਨਹੀਂ ਬਣੀ ਸਕਦਾ, ਅਪਰ ਮੈਂ ਤੁਹਾਂ ਤੇ ਕੁਛ ਮੰਗਣਾ ਚਾਹੁੰਦਾ ਹੈ ਕਿ ਤੁਹਾਂ ਮਿੰਜੋ ਸੋਨੇ ਦੇ ਗਹਿਣੇ ਦੇ ਦਿਆ, ਜਿਹੜੇ ਤੁਹਾਂ ਮਿਦਿਆਨੀ ਲੋਕਾਂ ਤੇ ਲਈ ਲਿਓ ਹਨ। ਤਿੰਨਾਂ ਲੋਕਾਂ ਗਿਦੋਨੇ ਜੋ ਮਤਾ ਸਾਰਾ ਸੋਨਾ ਦੇ ਦਿੱਤਾ। ਤਾਲੂ ਗਿਦੋਨੇ ਤਿਸ ਸੋਨੇ ਦੇ ਖਾਸ ਕੱਪੜੇ ਬਣਾਈ ਲੈ, ਜਿਹੜੇ ਮਿਦਿਆਨੀ ਲੋਕਾਂ ਦਾ ਰਾਜਾ ਪਹਿਨਦਾ ਥਾ, ਅਪਰ ਲੋਕਾਂ ਤਿਸ ਦੀ ਭਗਤੀ ਕਰਨਾ ਸ਼ੁਰੂ ਕਰੀ ਦਿੱਤੀ, ਜਿਵੇਂ ਕਿ ਸਹਿ ਕੋਈ ਮੂਰਤੀ ਹੈ। ਤਾਲੂ ਪਰਮਾਤਮਾ ਫਿਰੀ ਤੇ ਇਜ਼ਰਾਈਲੀ ਲੋਕਾਂ ਨੂੰ ਸਜ਼ਾ ਦਿੱਤੀ, ਕਜੋ ਕਿ ਤਿੰਨਾਂ ਮੂਰਤੀਆਂ ਦੀ ਭਗਤੀ ਕੀਤੀ। ਪਰਮਾਤਮਾ ਤਿੰਨਾਂ ਦੇ ਦੁਸ਼ਮਣਾਂ ਜੋ ਇਜਾਜ਼ਤ ਦਿੱਤੀ ਕਿ ਸਹਿ ਇਜ਼ਰਾਈਲੀ ਲੋਕਾਂ ਜੋ ਹਰਾਈ ਦੇਣ। ਤਿੰਨਾਂ ਪਰਮਾਤਮਾ ਨੇ ਇੱਕ ਵਾਰੀ ਫਿਰੀ ਮਦਦ ਕਰਨੇ ਤਾਈਂ ਪ੍ਰਾਰਥਨਾ ਕੀਤੀ, ਕਨੇ ਪਰਮਾਤਮਾ ਤਿੰਨਾਂ ਜੋ ਬਚਾਉਣੇ ਤਾਈਂ ਇੱਕ ਛਡਾਣੇ ਵਾਲਾ ਘੱਲਿਆ। ਇਹ ਗੱਲ ਮਤੀ ਵਾਰੀ ਹੋਈ ਕਿ ਇਜ਼ਰਾਈਲੀ ਲੋਕ ਪਾਪ ਕਰ ਗਏ, ਪਰਮਾਤਮਾ ਤਿੰਨਾਂ ਜੋ ਸਜ਼ਾ ਦੇਗਾ, ਕਨੇ ਸਹਿ ਆਪਣੇ ਪਾਪਾਂ ਦਾ ਪਛਤਾਪ ਕਰ ਗਏ, ਕਨੇ ਪਰਮਾਤਮਾ ਤਿੰਨਾਂ ਜੋ ਛਡਾਣੇ ਤਾਈਂ ਉਸੀ ਜੋ ਗੱਲਗਾ। ਮਤੇ ਸਾਲ ਤਿਕਰ ਮਤੇ ਛਡਾਣੇ ਵਾਲਿਆਂ ਜੋ ਘੱਲਿਆ, ਜਿਨ੍ਹਾਂ ਇਜ਼ਰਾਈਲੀ ਲੋਕਾਂ ਜੋ ਦੁਸ਼ਮਣਾਂ ਤੇ ਬਚਾਇਆ। ਆਖਰੀ ਚ ਤਿੰਨਾਂ ਲੋਕਾਂ ਪਰਮਾਤਮਾ ਨੇ ਪ੍ਰਾਰਥਨਾ ਕੀਤੀ ਕਿ ਆਹਾਂ ਜੋ ਵੀ ਦੋਵੇਂ ਦੇਸ਼ਾਂ ਸਾਈਏ ਰਾਜਾ ਚਾਹੀਦਾ, ਜਿਹੜਾ ਦਿਖਣੇ ਚ ਲੰਬਾ ਕਨੇ ਤਾਕਤਵਰ ਹੋਵੇ, ਕਨੇ ਜਿਹੜਾ ਲੜਾਈ ਚ ਆਹਾਂ ਦੀ ਅਗਵਾਈ ਕਰੀ ਸਕੇ। ਪਰਮਾਤਮੇ ਜੋ ਤਿੰਨਾਂ ਦੀ ਇਹ ਪ੍ਰਾਰਥਨਾ ਮਨਜ਼ੂਰ ਨਹੀਂ ਥੀ,
ਅਪਰ ਪਰਮਾਤਮਾ ਤਿਨ੍ਹਾਂ ਜੋ ਸਹੀ ਰਾਜਾ ਦਿੱਤਾ ਜਿਹੜਾ ਸਹਿ ਚਾਹੁੰਦੇ ਥੇ।